रहमानीम दोस्तों आज बहुत सारे दिन तो बाद फिर तड़प भरा एक वैरायटी जो कि असि पिछले दिन इस दी वीडियो बहुत सारिया पाई ने साइटो दो हज़ार चौबी इन पक्का यकीन हो गया कि साइटो दो हज़ार चौबीस वरायटी है ਤੇ ਇਸ ਦੇ ਬਾਰੇ ਦੱਸਾਂਗੇ ਵੀਡੀਓ ਤੁਸੀਂ ਅੱਜ ਪੂਰੀ ਵੇਖਣੀ ਹੈ ਅਗਰ ਵੀਡੀਓ ਤੁਹਾਨੂੰ ਪਸੰਦ ਆਏ ਤੇ ਲਾਈਕ ਲਾਜ਼ਮੀ ਕਰਨਾ ਹੈ ਦੋਸਤਾਂ 'ਗੇ ਸ਼ੇਅਰ ਕਰਨਾ ਹੈ ਚੈਨਲ ਤੇ ਨਵੇਂ ਜੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਦੋਸਤੋ ਮਾਸ਼ੱਲਾ ਬਹੁਤ ਹੀ ਖੂਬਸੂਰਤ ਪਿਆਰੀ ਵੈਰਾਈਟੀ ਸਾਈਟੋ 2024 ਤੇ ਇੱਕ ਐਸੀ ਵੈਰਾਈਟੀ ਆਜਾਦ ਕੀਤੀ ਗਈ ਹੈ ਜੀ ਜਿੰਨਾ ਅਗਰ ਆਪਾਂ ਜਿਤਨੀਆਂ ਵੀ ਤਾਰੀਫਾਂ ਕਰੀਏ ਬਹੁਤ ਕੰਮ ਨੇ ਇਸ ਵੈਰਾਈਟੀ ਦੀਆਂ ਬੜੀਆਂ ਤਾਰੀਫਾਂ ਨੇ ਇਸ ਵੈਰਾਈਟੀ ਦੀਆਂ ਮਾਸ਼ਾਅੱਲਾ ਕਿਉਂਕਿ ਜਿੱਦਾਂ ਦਾ ਦੌਰ ਜਾ ਰਿਹਾ ਸੀ ਨਾ ਇਸ ਟਾਈਮ ਤੇਲ ਦਾ ਬੜਾ ਦੌਰ ਸੀ ਤੇ ਮੱਖੀ ਦਾ ਬੜਾ ਦੌਰ ਸੀ ਇਸ ਸੀਜ਼ਨ ਦੇ ਵਿੱਚ ਤੇਲਾ ਤੇ ਸਫੈਦ ਮੱਖੀ ਨੇ ਬੁਰੇ ਹਾਲ ਕਰਤੇ ਨੇ ਕਪਾਵਾਂ ਦੇ ਲੇਕਿਨ ਜਿਹੜੀ ਇਹ ਕਪਾਸ ਦੀ ਵੈਰਾਈਟੀ ਹੈ ਇਹ ਵੈਰਾਈਟੀ ਨਾ ਤਾਂ ਤੇਲੇ ਨੂੰ ਮੰਨਦੀ ਹੈ ਤੇ ਨਾ ਸਫੈਦ ਮੱਖੀ ਨੂੰ ਮੰਨਦੀ ਹੈ ਜੀ ਸ਼ਾਖਦਾਰ ਵੈਰਾਈਟੀ ਹੈ अच्छी लाजवाब वैरायटी है माशाल्लाह ते दोस्तों ਇਸ ਦਾ ਮੁਕੰਮਲ ਤੁਹਾਨੂੰ ਰਿਵਿਊ ਕਰਾਵਾਂਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਅਗਰ ਵੀਡੀਓ ਅੱਛੀ ਲੱਗੇ ਤਾਂ ਦੋਸਤਾਂ ਕੇ ਵੀ ਸ਼ੇਅਰ ਕਰੋ ਦੋਸਤੋ ਕਹਿੰਦੇ ਨੇ ਕਿ ਟੈਨਸ਼ਨ ਫਰੀ ਵੈਰਾਈਟੀ ਹੈ ਲੇਕਿਨ ਅਸੀਂ احتیاط ਨੇ ਨੂੰ گلابی سونਦੀ ਦਾ ਸਪਰੇਅ ਕਰ ਰਹੇ ਹਾਂ ਕਿ گلابی سونਦੀ ਦਾ ਇੱਕ ਸਪਰੇਅ ਕਿਡਾ ਹੈਗਾ ਉਹ ਇਹਨਾਂ ਕਰ ਰਹੇ ਹਾਂ ਕਿ ਅਗਰ ਅੱਲਾ ਨਾ ਕਰੇ ਗਲਾਬੀ ਸੌਂਡੀ ਆ ਜਾਂਦੀ ਐ ਅਸੀਂ ਟੈਨਸ਼ਨ ਫਰੀ ਦਾ ਕਰਕੇ ਕਿਤੇ ਮਾਰੇ ਨਾ ਜਾਈਏ ਇਸ ਵਜ੍ਹਾ ਤੋਂ ਅਸੀਂ ਇਸ ਦਾ ਸਪਰੇਅ ਕਰ ਰਹੇ ਹਾਂ ਤੇ ਦੋਸਤੋ ਚੈੱਕ ਕਰਾਣੇ ਤੁਹਾਨੂੰ ਆ ਚੈੱਕ ਕਰੋ ਇੱਕ ਬੂਟਾ ਜੀ ਤੇ ਇਸ ਨੇ ਇੱਥੋਂ ਥੋੜਾ ਜਿਹਾ ਫਲ ਲੈਣਾ ਸ਼ੁਰੂ ਕਰ ਦਿੱਤਾ ਮਾਸ਼ਾਅੱਲਾ ਚੈੱਕ ਕਰੋ ਆ ਫਲ ਲੈਣਾ ਸ਼ੁਰੂ ਕਰ ਦਿੱਤਾ ਹੁਣ ਇਸ ਟਾਈਮ ਇੱਥੇ ਜਾ ਕੇ ਆਪਣਾ ਪੂਰੇ ਅਰੋਜ ਤੇ ਹੋ ਗਏ तकरीबन 5 ਫੁੱਟ 5 ਫੁੱਟ ਕਾਦੇ ਵੈਰਾਈਟੀ ਕਰ ਚੁੱਕੀ ਤੇ ਕਾਸ਼ ਦੀ ਗੱਲ ਕਰੀਏ ਤੇ ਗੰਨਮ ਤੋਂ ਬਾਅਦ ਇਹ ਵੈਰਾਈਟੀ ਕਾਸ਼ ਕੀਤੀ ਗਈ ਹੈ ਝਾੜੀਦਾਰ ਬੂਟੇ ਨੇ ਜੀ ਮਾਸ਼ੱਲਾ ਚੈੱਕ ਕਰੋ ਵੇਖੋ ਕਿੰਦਾ ਸ਼ਾਖਾ ਮਾਰੀਆ ਇਸ ਬੂਟੇ ਮਾਸ਼ੱਲਾ ਜਵਾਵ ਵੈਰਾਈਟੀ ਹੈ ਮੈਂ ਕਹਿੰਨਾ ਜਿੰਨੀਆਂ ਵੀ ਇੰਨੀਆਂ ਤਾਰੀਫਾਂ ਕਰਾਂ ਮੈਂ ਬਹੁਤ ਘੱਟ ਨੇ ਤੇ ਕਿਸੇ ਅੱਛੇ ਡਾਕਟਰ ਨੇ ਕਿਹੜਾ ਹੈ ਵੈਰਾਈਟੀਆਂ ਆਜਾਦ ਕਰਨ ਵਾਲੇ ਮਾਹਿਰ ਨੇ ਉਹਨਾਂ ਨੇ ਇਹ ਆਜਾਦ ਕੀਤੀ ਵੈਰਾਈਟੀ ਉਹਨਾਂ ਦਾ ਵੀ ਬੜਾ ਸ਼ੁਕਰੀਆ ਕਿ ਉਹਨਾਂ ਨੇ ਦੁਨੀਆ ਵੈਰਾਈਟੀਆਂ ਆਜਾਦ ਕੀਤੀਆਂ ਨੇ ਤਾਂ ਕਿ ਸਾਡੇ ਘਰੇ ਕਿਸਾਨ ਨੇ ਕਿਥੇ ਪਾਣੀ ਕਿਹੜਾ ਹੈਗਾ ਬਹੁਤ ਘਾਟ ਹੈ। ਆਗਰ ਉਹ ਉਹਨਾਂ ਨੂੰ ਇਹ ਵੈਰਾਈਟੀਆਂ ਲਗਾ ਦਿੱਤੀਆਂ ਜਾਂਣ ਤੇ ਇਹ ਟੈਨਸ਼ਨ ਫਰੀ ਵੈਰਾਈਟੀ ਯਾਨੀ ਅਗਰ ਆਪਾਂ ਨੇ 1 ਮਹੀਨੇ ਤੋਂ ਬਾਅਦ ਵੀ ਪਾਣੀ ਲਗਾਵਾਂਗੇ ਤੇ ਇਹ ਵੈਰਾਈਟੀ ਆਪਣੇ ਅੰਦਰ ਕੁਵਤਮ ਦਾਫਤ ਇੰਨੀ ਕਹਿੰਦੇ ਅੰਦਰ ਇਹ ਪਾਣੀ ਨੂੰ ਮਹੀਨਾ ਵੀ ਬਰਦਾਸ਼ਤ ਕਰਨ ਦੀ ਸਲਾਹੀਤ ਰੱਖਦੀ ਹੈ। ਤੇ ਦੋਸਤੋ ਮੇਰਾ مشورہ ਹੈ ਕਿ ਜੇ ਨਾਲ ਇਲਾਕਿਆਂ ਦੇ ਵਿੱਚ ਪਾਣੀ ਬਹੁਤ ਘਾਟ ਹੈ ਉਹ ਮੇਰੇ ਪ੍ਰਾਏ ਵੈਰਾਈਟੀ ਨੂੰ ਲਗਾਓ। اگر ਤੁਸੀਂ کامیاب ذمہ دار ਬਣਨਾ ਚਾਹੁੰਦੇ ਹੋ ਤੇ ਇਹ ਵੈਰਾਈਟੀਆਂ ਕਿਹੜੀਆਂ ਕਾਸ਼ਤ ਕਰੋ ਤੇ ਕਹਿੰਦੇ ਨੇ ਜੀ ਇਸ ਵੈਰਾਈਟੀ ਦੀ ਕਿਹੜੀ پیداوار ਹੈ ਬਹੁਤ ਘਾਟ ਤੇ ਤੁਸੀਂ ਮੇਰੇ ਭਰਾਵਾਂ ਨੇ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿਸ ਨੇ ਅਗਰ ਲਗਾਈ ਸੀ ਤੇ ਉਹਨੇ ਕਿੰਨੀ پیداوار حاصل ہوئی ਕੋਈ ਕਹਿੰਦਾ ਨਹੀਂ ਹੋਈ ਕੋਈ ਨਹੀਂ ਆਉਂਦੇ ਲੇਕਿਨ ਸਾਡੇ تحصیل ਚਿਸ਼ਤੀਆਂ ویਲਾ ਬਹਾਵਲ نگر ਦੇ ਵਿੱਚ ਅਸੀਂ ਇਹ ਵੈਰਾਈਟੀ ਸਾਡੇ ਕੁਝ ਦੋਸਤਾਂ ਨੇ ਕਾਸ਼ ਕੀਤੀ ਹੈ ਉਹਨਾਂ ਦੀ ਕਿਹੜੀ ਐਵਰੇਜ ਹੈ ਉਹ ਤਕਰੀਬਨ ਇਸ ਟਾਈਮ 25 ਮਾਨ ਦੀ ਨਿਕਲ ਗਈ ਹੈ ਸਾਈਟੋ 2023 ਉਹਨਾਂ ਨੇ ਲਗਾਈ ਹੈ 2024 ਤੇ ਇਸੇ ਤਰ੍ਹਾਂ ਦੀ ਆ ਨਾਲ ਇਹਦੇ ਇੱਕ ਬੂਟਾ ਅਸੀਂ ਲਗਾਇਆ ਸੀਗਾ ਡ੍ਰਿਲ ਦੇ ਵਿੱਚ ਐਫਐਚ 333 ਦੇ ਕੁਝ ਬੂਟੇ ਆ ਗਏ ਨੇ ਚੈੱਕ ਕਰੋ ਇਹ ਐਫਐਚ 333 ਦਾ ਲੱਗ ਚੈੱਕ ਕਰੋ ਜੀ ਆ ਨਾਲ ਸਾਈਟੋ 2023 ਆ ਗਿਆ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਪਿਆਰੀ ਬਣਤੀ ਹੈ ਦੋਸਤੋ ਦਿਓ ਜਾਦ ਪ੍ਰਾਣੋ ਨੈਕਸਟ ਵੀਡੀਓ ਇਸ ਫਿਰ ਮਿਲਦੇ ਹਾਂ ਜੀ ਓਕੇ ਅੱਲਾ ਹਫਿਜ਼